ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ 7C ਨਿਊਜ਼। ਅਸੀਂ ਖੜੇ ਆ ਪਠਾਨਕੋਟ ਦੇ ਵਾਲਮੀਕਿ ਚੌਂਕ ਵਿਖੇ ਇੰਪਰੂਵਮੈਂਟ ਟਰਸਟ ਵੱਲੋਂ ਬਣਾਏ ਗਏ ਕੰਪਲੈਕਸ ਵਿਖੇ ਜਿਹੜਾ ਕਿ ਕਰੋੜਾਂ ਦੀ ਲਾਗਤ ਨਾਲ ਬਣਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਦੁਕਾਨਾਂ ਜਿਹੜੀਆਂ ਕਿ ਤਕਰੀਬਨ 4 ਮੰਜ਼ਲਾਂ ਦੇ ਵਿੱਚ ਇਹ ਦੁਕਾਨਾਂ ਬਣਾਈਆਂ ਗਈਆਂ ਹਨ ਤੇ ਬੇਸਮੈਂਟ ਦੇ ਵਿੱਚ ਇੱਕ ਪਾਰਕਿੰਗ ਦਾ ਵਧੀਆ ਪ੍ਰਬੰਧ ਕੀਤਾ ਗਿਆ ਆ। ਇਸ ਕੰਪਲੈਕਸ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਤਕਰੀਬਨ 20 ਲੱਖ ਤੋਂ ਜ਼ਿਆਦਾ ਜਿਹੜੇ ਕਿ ਰੇਟ ਤੇ ਵਿਕੀਆਂ ਨੇ ਤੇ ਬਹੁਤ ਸਾਰੇ ਲੋਕਾਂ ਨੇ ਇਸ ਦੁਕਾਨਾਂ ਖਰੀਦ ਵੀ ਲਿਆ ਤੇ ਕੁਝ ਕੁ ਦੁਕਾਨਾਂ ਜਿਹੜੀਆਂ ਕਿ ਇੱਥੇ ਪਿਛਲੇ ਦਿਨੋਂ ਸ਼ੁਰੂ ਵੀ ਹੋ ਚੁੱਕੀਆਂ ਸਨ, ਪਰ ਪਿਛਲੇ 1 ਮਹੀਨੇ ਤੋਂ ਇੱਥੇ ਬਿਜਲੀ ਦੀ ਸਪਲਾਈ ਨਾ ਹੋਣ ਦੇ ਕਾਰਨ ਜਿਹੜੀਆਂ ਦੁਕਾਨਾਂ ਹੈ ਇਹ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਇੱਥੋਂ ਜਾ ਚੁੱਕੇ ਨੇ ਤੇ ਮੌਕੇ ਤੇ ਜਿਹੜੇ ਮੌਜੂਦ ਦੁਕਾਨਦਾਰ ਨੇ ਉਹ ਵੀ ਦੁਕਾਨ ਬੰਦ ਕਰਨ ਨੂੰ ਮਜਬੂਰ ਹੋ ਰਹੇ ਨੇ। ਕਰੋੜਾਂ ਦੀ ਲਾਗਤ ਨਾਲ ਬਣਿਆ ਇੰਪਰੂਵਮੈਂਟ ਟਰਸਟ ਦਾ ਇਹ ਕੰਪਲੈਕਸ ਇੰਪਰੂਵਮੈਂਟ ਟਰਸਟ ਦੀ ਆਮਦਨ ਵਧਾਉਣ ਲਈ ਬਣਾਇਆ ਗਿਆ ਸੀਗਾ ਕਿ ਇੱਥੇ ਜੇਕਰ ਦੁਕਾਨਾਂ ਵਿਕਦੀਆਂ ਨੇ ਤੇ ਜਾਂ ਦੁਕਾਨਾਂ ਕਿਰਾਏ ਤੇ ਲੋਕੀ ਲੈਂਦੇ ਨੇ ਤਾਂ ਇੰਪਰੂਵਮੈਂਟ ਟਰਸਟ ਦੀ ਆਮਦਨ ਦੇ ਵਿੱਚ ਵਾਧਾ ਹੋਏਗਾ ਤੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਨੇ ਇਸ ਕੰਪਲੈਕਸ ਦੇ ਵਿੱਚ ਆ ਕੇ ਦੁਕਾਨਾਂ ਖਰੀਦ ਕੇ ਆਪਣਾ ਕਾਰੋਬਾਰ ਵੀ ਕਰ ਸਕਦੇ ਨੇ। ਪਰ ਕਰੋੜਾਂ ਦੀ ਲਾਗਤ ਨਾਲ ਬਣਿਆ ਸਰਕਾਰ ਦੇ ਪੈਸੇ ਦੇ ਨਾਲ ਬਣਿਆ ਇਹ ਇੰਪਰੂਵਮੈਂਟ ਟਰਸਟ ਹੌਲੀ ਹੌਲੀ ਤੁਸੀਂ ਦੇਖ ਸਕਦੇ ਹੋ ਇੱਕ ਵਿਰਾਨ ਬਿਲਡਿੰਗ ਬਣਦਾ ਜਾ ਰਿਹਾ ਹੈ ਤੇ ਕਬੂਤਰਾਂ ਦੀ ਰਿਹਾਇਸ਼ ਬਣ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਬੂਤਰਾਂ ਦੀ ਬਿੱਠਾਂ ਦੇ ਨਾਲ ਦਾ ਫਰਸ਼ ਭਰਿਆ ਹੋਇਆ ਹੈ। ਬਹੁਤ ਸਾਰੀ ਗੰਦਗੀ ਜਿਹੜੀ ਕਿ ਇਸ ਫਰਸ਼ ਤੇ ਦੇਖਣ ਨੂੰ ਮਿਲਦੀ ਹੈ। ਆਏ ਦਿਨ ਇੱਥੋਂ ਇਸ ਰਸਤੇ ਤੋਂ ਸਰਕਾਰੀ ਅਧਿਕਾਰੀ ਵੀ ਲੰਘਦੇ ਹਨ, ਜਿਵੇਂ ਕਿ ਹੁਣ ਇੱਥੇ ਦੁਕਾਨਦਾਰ ਵੀ ਦੱਸ ਰਹੇ ਹਨ ਕਿ DC ਸਾਹਿਬ ਵੀ ਇੱਥੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈ ਚੁੱਕੇ ਹਨ, ਇਸ ਬਿਲਡਿੰਗ ਦੇ ਹਾਲਾਤ ਦੇਖ ਚੁੱਕੇ ਹਨ, ਪਰ ਫਿਰ ਵੀ ਕੋਈ ਵੀ ਇਸ ਇੰਪਰੂਵਮੈਂਟ ਟਰੱਸਟ ਦੀ ਬਿਲਡਿੰਗ ਦੇ ਵਿੱਚ ਇੰਪਰੂਵਮੈਂਟ ਨਹੀਂ ਹੋ ਰਹੀ ਆ। ਹਾਲਾਤ ਪਹਿਲਾਂ ਨਾਲੋਂ ਬਾਤੋਂ ਬੱਤਰ ਹੁੰਦੇ ਜਾ ਰਹੇ ਨੇ। ਬਾਥਰੂਮ ਦੀ ਗੱਲ ਕਰੀ ਤਾਂ ਬਾਥਰੂਮ ਦੇ ਵਿੱਚ ਇੰਨੀ ਜ਼ਿਆਦਾ ਗੰਦਗੀ ਆ ਕਿ ਉੱਥੇ ਪਾਣੀ ਵੀ ਨਹੀਂ ਆ ਰਿਹਾ ਤਾਂ ਨਾ ਹੀ ਪੀਣ ਦੇ ਪਾਣੀ ਦਾ ਕੋਈ ਪ੍ਰਬੰਧ ਇੱਥੇ ਕੀਤਾ ਗਿਆ ਹੈ। ਲਿਫਟ ਜਿਹੜੀ ਹੈ ਕਿ ਉਹ ਵੀ ਚਾਲੂ ਨਹੀਂ ਹੈ। 4 ਮੰਜ਼ਲਾ ਇਹ ਇਮਾਰਤ ਬਣਾਈ ਗਈ ਹੈ, ਦੁਕਾਨਾਂ ਉੱਪਰ ਵੀ ਨੇ, ਉੱਪਰ ਦੁਕਾਨਾਂ ਲੋਕ ਤਾਂ ਖਰੀਦਣਗੇ ਜੇਕਰ ਲਿਫਟ ਚੱਲੇਗੀ, ਕਿਉਂਕਿ ਬਹੁਤ ਸਾਰੇ ਲੋਕ ਪੌੜੀਆਂ ਇੰਨੀਆਂ ਜ਼ਿਆਦਾ ਨਹੀਂ ਚੜ ਸਕਦੇ ਨੇ। ਪਿਛਲੇ ਪਾਸੇ ਦੀ ਗੱਲ ਕਰੀ ਤਾਂ ਪਿਛਲੇ ਪਾਸੇ ਬਰਸਾਤਾਂ ਦੇ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਹੈ ਕਿ ਪਿਛਲੇ ਕੱਲ੍ਹ ਜੇ ਬਰਸਾਤ ਹੋਈ ਹੈ ਜੇ ਹਜੇ ਤੱਕ ਵੀ ਜਿਹੜਾ ਕਿ ਪਾਣੀ ਹੈ ਉੱਥੇ ਚੋ ਰਿਹਾ ਹੈ ਤੇ ਕਿਸੇ ਵੀ ਸਮੇਂ ਹਾਲਾਤ ਨੇ ਜਿਹੜੇ ਇੰਨੇ ਬੱਤਰ ਹੋ ਸਕਦੇ ਨੇ ਕਿ ਜਿਹੜੀ ਪਿਛਲੀਆਂ ਕੰਧਾਂ ਨੇ ਉਹ ਡਿੱਗ ਵੀ ਸਕਦੀਆਂ। ਇਸ ਵਕਤ ਪੂਰੀਆਂ ਉਹ ਕੰਧਾਂ ਗਿੱਲੀਆਂ ਨੇ ਅਤੇ ਪਾਣੀ ਉੱਥੋਂ ਚੋ ਰਿਹਾ ਹੈ। ਗੰਦਗੀ ਪਿਛਲੀ ਦੁਕਾਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ, ਲੋਕਾਂ ਨੇ ਉੱਥੇ ਕੂੜਾ ਸਿੱਟਿਆ ਹੋਇਆ ਹੈ, ਗਲਾਸੀਆਂ ਪਈਆਂ ਹੋਈਆਂ ਨੇ ਉੱਥੇ ਡਿਸਪੋਜ਼ਲ ਦੀਆਂ ਅਤੇ ਹੋਰ ਬਹੁਤ ਸਾਰਾ ਉੱਥੇ ਕੂੜਾ ਪਿਆ ਹੋਇਆ ਹੈ। ਨਾ ਇੱਥੇ ਕੋਈ ਮੌਕੇ 'ਤੇ ਕੋਈ ਸਿਕਿਉਰਿਟੀ ਗਾਰਡ ਦੇਖਣ ਨੂੰ ਮਿਲ ਰਿਹਾ, ਨਾ ਕੋਈ ਸਾਫ਼ ਸਫਾਈ ਦਾ ਕੋਈ ਖਾਸ ਪ੍ਰਬੰਧ ਹੈ, ਅਤੇ ਸ਼ਹਿਰ ਦੇ ਲਈ ਇੱਕ ਮਾਣ ਕਿਹਾ ਜਾਣ ਵਾਲੀ ਇਹ ਬਿਲਡਿੰਗ ਬਹੁਤ ਵਧੀਆ ਤਰੀਕੇ ਦੇ ਨਾਲ ਕਰੋੜਾਂ ਰੁਪਏ ਲਗਾ ਕੇ ਬਿਲਡਿੰਗ ਬਣਾਈ ਗਈ ਆ ਅਤੇ ਬਹੁਤ ਸਾਰੀਆਂ ਦੁਕਾਨਾਂ ਇੱਥੇ ਬਣਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲ ਸਕੇ। ਜਿਹੜੇ ਲੋਕ ਇੱਥੇ ਆ ਕੇ ਦੁਕਾਨਾਂ ਖੋਲ੍ਹਣਾ ਚਾਹੁੰਦੇ ਨੇ ਇੱਕ ਸ਼ਹਿਰ ਦੇ ਇੱਕ ਵੱਖਰੇ ਏਰੀਏ ਦੇ ਵਿੱਚ, ਇੱਕ ਸ਼ਹਿਰ ਦੇ ਸੈਂਟਰ ਦੇ ਵਿੱਚ ਸਾਰਾ ਜਿਹੜਾ ਕਿ ਬਾਜ਼ਾਰ ਬਣਾਇਆ ਜਾ ਸਕੇ, ਪਰ ਉਹ ਹੁਣ ਕਰੋੜਾਂ ਦੀ ਬਣੀ ਬਿਲਡਿੰਗ ਇੱਕ ਖੰਡਰ ਬਣਦੀ ਜਾ ਰਹੀ ਹੈ, ਇੱਕ ਕਬੂਤਰਾਂ ਦਾ ਰਹਿਣ ਬਸੇਰਾ ਬਣਦੀ ਜਾ ਰਹੀ ਹੈ। ਸਰਕਾਰ ਦੇ ਪੈਸੇ ਦਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕਾਰਨ ਹੋ ਰਿਹਾ ਹੈ। ਕੋਈ ਵੀ ਅਧਿਕਾਰੀ ਇੱਥੇ ਪਹੁੰਚ ਕੇ ਇਹਦੀ ਰੱਖ ਰਖਾਵ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ। ਸੋ ਬਹੁਤ ਵੱਡਾ ਸਵਾਲ ਇੰਪਰੂਵਮੈਂਟ ਟਰੱਸਟ ਦੇ ਲਈ ਖੜਾ ਹੁੰਦਾ ਹੈ ਕਿ ਇੱਕ ਬਿਲਡਿੰਗ ਦਾ ਰੱਖ ਰਖਾਵ ਕਿਉਂ ਨਹੀਂ ਕੀਤਾ ਜਾ ਰਿਹਾ ਅਤੇ 1 ਮਹੀਨੇ ਤੋਂ ਬਿਜਲੀ ਸਪਲਾਈ ਬੰਦ ਹੋਣ ਦੇ ਕਾਰਨ ਜਿਹੜੇ ਦੁਕਾਨਦਾਰ ਇੱਥੇ ਕੰਮ ਕਰਦੇ ਨੇ ਉਹ ਵੀ ਹੁਣ ਛੱਡ ਕੇ ਜਾ ਰਹੇ ਨੇ ਇੱਥੋਂ। ਇਹ ਸ਼ਾਪਿੰਗ ਕੰਪਲੈਕਸ ਹੈ, ਇੰਪਰੂਵਮੈਂਟ ਟਰੱਸਟ 8 ਨੰਬਰ ਬੋਟ ਲਿਆ ਸੀ 250,000 ਤੋਂ। 2007 ਟਾਈਮ ਲਾਈਸ ਕਰ ਦਿੱਤੀ, 2007 ਸਾਡੀਆਂ ਦੁਕਾਨਾਂ ਤੋੜ ਕੇ ਗਏ, ਉਹਦੇ ਬਦਲੇ ਸਾਨੂੰ ਦਿੱਤਾ ਗਿਆ ਰੇਅਰ ਪ੍ਰਾਈਜ਼। ਨਾ ਇੱਥੇ ਲਾਈਟ ਹੈ, ਨਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਹੈ। ਉੱਪਰ ਕਬੂਤਰ ਬੈਠਦੇ ਨੇ, ਪਿੱਠਾਂ ਕਰਕੇ ਸਾਰਾ ਹਾਲ ਭਰ ਦਿੰਦੇ ਨੇ। ਸਫਾਈ ਦੀ ਕੋਈ ਵਿਵਸਥਾ ਨਹੀਂ ਹੈਗੀ, ਲੈਟਰੀਨ ਉਹ 'ਚ ਪਾਣੀ ਪੂਣੀ ਕੋਈ ਨਹੀਂ ਆਉਂਦਾ, ਬਾਹਰ ਦੇ ਲੋਕ ਆਣ ਕੇ ਲੈਟਰੀਨ ਲੂਟਰੀਨ ਕਰ ਦਿੰਦੇ, ਬੋ ਪਈ ਦਿੰਦੀ। ਬਿਜਲੀ ਦਾ ਕੋਈ ਕਨੈਕਸ਼ਨ ਨਹੀਂ ਹੈਗਾ। ਅਧਿਕਾਰੀ ਇੱਥੇ ਪਹੁੰਚਦੇ ਨੇ ਕੋਈ ਜਾਇਜ਼ਾ ਲੈਣ ਵਾਸਤੇ ਜਾਂ ਇੰਸਪੈਕਸ਼ਨ ਪਹੁੰਚਦੇ ਇੰਪਰੂਵਮੈਂਟ ਟਰੱਸਟ ਦੇ ਇੱਥੇ ਕੋਈ ਇੰਸਪੈਕਸ਼ਨ ਕਰਨ ਵਾਸਤੇ, ਕੋਈ ਦੇਖਣ ਵਾਸਤੇ ਕਿਸ ਤਰ੍ਹਾਂ ਦੇ ਹਾਲਾਤ ਨੇ? DC ਸਾਹਿਬ ਆਉਂਦੇ ਰਹੇ ਨੇ ਕਦੀ ਕਦੀ ਦੌਰੇ 'ਚ, ਉਸ ਟਾਈਮ 'ਤੇ ਸਫਾਈ ਕਰ ਦਿੰਦੇ ਨੇ, ਉਹਦੇ ਬਾਅਦ ਸਫਾਈ ਨਹੀਂ ਕਰਦੇ। ਅਤੇ ਬਰਸਾਤ ਬਰਸਾਤਾਂ ਦੇ ਬਿਲਡਿੰਗ ਪਿੱਛਾ ਚੋ ਰਹੀ ਹੈ, ਪਰ ਜਾਇਜ਼ਾ ਕਰ ਦਿੰਦੇ ਬਰਸਾਤਾਂ 'ਚ ਪਾਣੀ ਸਾਰਾ ਵੀ ਖੜਾ ਹੈਗਾ ਥੱਲੇ ਆ ਜਾਂਦਾ ਦੁਕਾਨ ਪਿੱਛੇ, ਬਿਲਡਿੰਗ ਢਹਿ ਵੀ ਸਕਦੀ ਹੈ, ਪਾਣੀ ਉੱਤੇ ਖੜਾ ਹੋ ਜਾਂਦਾ ਥੱਲੇ ਖੜਾ ਹੋ ਜਾਂਦਾ। ਅਤੇ ਜਿਹੜੀ ਲਿਫਟ ਉਹਦਾ ਲਗਾ ਦਿੱਤੀ, ਲਾਈਟ ਹੈ ਨਹੀਂ, ਤਾਂ ਲਿਫਟ ਕਿੱਦਾਂ ਲੱਗੇਗੀ? ਉਹਦੀ ਜਦੋਂ ਵੀ ਕਦੀ ਨਹੀਂ ਚੱਲੀ ਜੀ, ਬਿਜਲੀ ਨਹੀਂ ਕਿੱਦਾਂ ਚੱਲਣੀ ਹੈ? ਸਾਨੂੰ ਕਨੈਕਸ਼ਨ ਨਹੀਂ ਬਿਜਲੀ ਘਰ ਵਾਲੇ ਦਿੰਦੇ। ਕਿਉਂ ਨਹੀਂ ਦੇ ਰਹੇ? ਉਹ ਕਹਿੰਦੇ ਇਹਨਾਂ ਦਾ ਉਹ ਲੱਗਣਾ ਕੋਈ ਟਰਾਂਸਫਾਰਮਰ ਉਹਨਾਂ ਨੇ ਲਵਾਉਣਾ, ਤਾਂ ਤੁਹਾਨੂੰ ਕਨੈਕਸ਼ਨ ਦੇਣਾ, ਨਹੀਂ ਦੇਣਾ ਹੀ ਦੇਣਾ। Education embraces not only facts but also values. It inculcates such good practices which may reveal our qualities and perfections in every sphere of life. We, as a part of A&M Institute,
empower knowledge with practical approach. Students can accumulate knowledge and information from wide range of books, journals available in the library. We also nurture the skills of our future managers by the use of well-equipped and furnished laboratories. ANM Group of Institutes endeavors to impart such value-based education to our students. We welcome you all to ANM Group of Institutes, Pathankot.